ਜਦੋਂ ਗੁਰਦੇ ਸੈਕਟਰ 19 ਅਦਰ ਬਾਜ਼ਾਰ ਚ ਮਰਡਰ ਮਾਮਲੇ ਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਤਿੰਨਾਂ ਨੂੰ ਜਿਹੜੇ ਤਿੰਨ ਐਕਿਊਜ਼ ਹਮਲਾਵਰ ਪਹੁੰਚੇ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਦੇ ਹੱਥ ਇਹ ਕਾਬੂ ਹੋਏ ਨੇ ਇਹਨਾਂ ਤੋਂ ਜਿਹੜੀ ਵੀ ਰਿਕਵਰੀ ਹੈ ਉਹ ਵੀ ਕੀਤੀ ਜਾ ਚੁੱਕੀ ਹੈ ਹੁਣ ਤੱਕ ਦੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੀ ਪੁਲਿਸ ਨੇ ਵੀ ਦਿੱਤੀ ਹੈ ਕਿ ਇਹਨਾਂ ਦੀ ਜਿਹੜਾ ਮ੍ਰਿਤਕ ਹੈ ਸੁਨਿਲ ਉਹਦੇ ਨਾਲ ਪਹਿਲਾਂ ਇੱਕ ਦਿਨ ਪਹਿਲਾਂ ਬਹਿਸ ਹੋਈ ਸੀ ਬਹਿਸਬਾਜੀ ਹੋਈ ਸੀ ਤੇ ਬਦਲਾ ਲੈਣ ਵਾਸਤੇ ਇਹ 19 ਦੀ ਮਾਰਕੀਟ ਪੂਰਾ ਪਲੈਨਿੰਗ ਤਰੀਕੇ ਦੇ ਨਾਲ ਪਹੁੰਚੇ ਸੀਗੇ ਔਰ ਉਸ ਤੋਂ ਬਾਅਦ ਪਲੈਨਿੰਗ ਕਰਕੇ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਦੀ ਮਦਦ ਨਾਲ ਇਹ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਹਾਲਾਂਕਿ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਕਿ ਹੋਰ ਕੌਣ-ਕੌਣ ਸ਼ਾਮਿਲ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵਿਦਿਨ 20 ਆਵਰਸ ਇਸ ਪੂਰੇ ਮਾਮਲੇ ਨੂੰ ਸ਼ਾਟਆਊਟ ਕਰ ਲਿਆ ਗਿਆ ਸੈਕਟਰ ਪੁਲਿਸ 19 ਥ ਇਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਆਪਸੀ ਰੰਜਿਸ਼ ਆ ਕਹਿ ਸਕਦੇ ਆ ਕਿ ਬਦਲਾ ਲੈਣ ਵਾਸਤੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ 24 ਸਾਲ ਦਾ ਸੁਨਿਲ ਤਨਹਾਜ਼ਦਾ ਰਹਿਣ ਵਾਲਾ ਸੈਕਟਰ 19 ਦੇ ਸਦਰ ਬਾਜ਼ਾਰ ਦੇ ਵਿੱਚ ਜੌਬ ਕਰਦਾ ਸੀ ਪਿਛਲੇ 10-12 ਸਾਲ ਤੋਂ ਇੱਥੇ ਕੰਮ ਕਰਦਾ ਸੀਗਾ ਕਿਸੇ ਦੀ ਦੁਕਾਨ ਤੇ ਤੇ ਕਾਫੀ ਜਿਆਦਾ ਇਹਨਾਂ ਦਾ ਆਪਸੀ ਝਗੜਾ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਤੇਜ਼ਦਾਰ ਹਥਿਆਰ ਤੋਂ ਉਹਦੇ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਇਥੋਂ ਫਰਾਰ ਹੋ ਗਏ ਪੁਲਿਸ ਨੇ ਇਹਦੇ ਵਿੱਚ ਮਾਮਲਾ ਦਰਜ ਕਰਕੇ ਪੂਰਾ ਇਨਵੈਸਟੀਗੇਸ਼ਨ ਕੀਤੀ ਹੋਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇਹਨਾਂ ਦਾ ਡਿਮਾਂਡ ਲੈ ਕੇ ਹੁਣ ਪੁੱਛ ਕੇ ਛੋਏਗੀ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਸਕਦਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ 라ਠੀ 18 ਪੰਜਾਬ। ਚੰਡੀਗੜ੍ਹ ਦੇ ਸੈਕਟਰ 19 ਸਦਰ ਬਾਜ਼ਾਰ ਚ ਮਰਡਰ ਮਾਮਲੇ ਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਤਿੰਨਾਂ ਨੂੰ ਜਿਹੜੇ ਤਿੰਨ ਐਕਿਊਜ਼ ਹਮਲਾਵਰ ਪਹੁੰਚੇ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਦੇ ਹੱਥ ਇਹ ਕਾਬੂ ਹੋਏ ਨੇ ਇਹਨਾਂ ਤੋਂ ਜਿਹੜੀ ਵੀ ਰਿਕਵਰੀ ਹੈ ਉਹ ਵੀ ਕੀਤੀ ਜਾ ਚੁੱਕੀ ਹੈ ਹੁਣ ਤੱਕ ਦੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੀ ਪੁਲਿਸ ਨੇ ਵੀ ਦਿੱਤੀ ਹੈ ਕਿ ਇਹਨਾਂ ਦੀ ਜਿਹੜਾ ਮ੍ਰਿਤਕ ਹੈ ਸੁਨੀਲ ਉਦੇ ਨਾਲ ਪਹਿਲਾਂ ਇੱਕ ਦਿਨ ਪਹਿਲਾਂ ਬਹਿਸ ਹੋਈ ਸੀ ਬਹਿਸਬਾਜੀ ਹੋਈ ਸੀ ਤੇ ਬਦਲਾ ਲੈਣ ਵਾਸਤੇ ਇਹ 19 ਦੀ ਮਾਰਕੀਟ ਪੂਰਾ ਪਲੈਨਿੰਗ ਤਰੀਕੇ ਦੇ ਨਾਲ ਪਹੁੰਚੇ ਸੀਗੇ ਔਰ ਉਸ ਤੋਂ ਬਾਅਦ ਪਲੈਨਿੰਗ ਕਰਕੇ ਇਹਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਦੀ ਮਦਦ ਨਾਲ ਇਹ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਹਾਲਾਂਕਿ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਕਿ ਹੋਰ ਕੌਣ-ਕੌਣ ਸ਼ਾਮਿਲ ਨੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਵਿਦਿਨ 20 ਆਵਰਸ ਇਸ ਪੂਰੇ ਮਾਮਲੇ ਨੂੰ ਸ਼ਾਟਆਊਟ ਕਰ ਲਿਆ ਗਿਆ ਹੈ ਸੈਕਟਰ ਪੁਲਿਸ 19 ਥਾਣੇ ਇਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਆਪਸੀ ਰੰਜਿਸ਼ ਆ ਕਹਿ ਸਕਦੇ ਆ ਕਿ ਬਦਲਾ ਲੈਣ ਵਾਸਤੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ 24 ਸਾਲ ਦਾ ਸੁਨਿਲ ਤਨਹਾਜ ਦਾ ਰਹਿਣ ਵਾਲਾ ਸੈਕਟਰ 19 ਦੇ ਸਦਰ ਬਾਜ਼ਾਰ ਦੇ ਵਿੱਚ ਜੌਬ ਕਰਦਾ ਸੀ ਪਿਛਲੇ 10-12 ਸਾਲ ਤੋਂ ਇੱਥੇ ਕੰਮ ਕਰਦਾ ਸੀਗਾ ਕਿਸੇ ਦੀ ਦੁਕਾਨ ਤੇ ਤੇ ਕਾਫੀ ਜ਼ਿਆਦਾ ਇਹਨਾਂ ਦਾ ਆਪਸੀ ਝਗੜਾ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਤੇਜ਼ਦਾਰ ਹਥਿਆਰ ਤੋਂ ਉਹਦੇ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਇਥੋਂ ਫਰਾਰ ਹੋ ਗਏ ਪੁਲਿਸ ਨੇ ਇਹਦੇ ਵਿੱਚ ਮਾਮਲਾ ਦਰਜ ਕਰਕੇ ਪੂਰਾ ਇਨਵੈਸਟੀਗੇਸ਼ਨ ਕੀਤੀ ਹੋਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਇਹਨਾਂ ਦਾ ਡਿਮਾਂਡ ਲੈ ਕੇ ਹੁਣ ਪੁੱਛ ਕੇ ਛੋਏਗੀ ਹੋਰ ਵੀ ਕਈ ਚੀਜ਼ਾਂ ਦਾ ਖੁਲਾਸਾ ਹੋ ਸਕਦਾ ਹੈ ਤਨਿਗਰ ਤੋਂ ਕੈਮਰਾਮੈਨ ਅਮਨਦੀਪ ਸਿਗਨਲ ਮਨੋਜ 라ਠੀ ਜੁਡੀਨ ਪੰਜਾਬ